ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ, ਅੱਜ ਪਹੁੰਚੇ ਹਾਂ ਪਿੰਡ ਚੰਬਲ, ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨ ਤਾਰਨ ਸਾਹਿਬ ਲੱਗਦਾ। ਵੀਰ ਜੱਸ ਕੋਲ ਆਏ ਹਾਂ ਦੋਸਤੋ, ਵੀਰ ਪ੍ਰਤਾਪ ਸਿੰਘ ਕੈਰੋਂ ਉਹਨਾਂ ਦੇ ਕੋਲ। ਜਿੱਦਾਂ ਕਿ ਦੋਸਤੋ ਸਾਰੇ ਵੀਰਾਂ ਨੂੰ ਪਤਾ ਹੀ ਆ, ਪਸ਼ੂ ਵਪਾਰ ਦਾ ਕੰਮ, ਪਸ਼ੂ ਇਸੇ ਤਰ੍ਹਾਂ ਡੇਲੀ ਰੂਟੀਨ ਦੇ ਵਿੱਚ ਇਸ ਘਰ ਆਉਂਦੇ ਰਹਿੰਦੇ ਆ। ਅੱਜ ਪਸ਼ੂ ਤੁਹਾਨੂੰ ਬਹੁਤ ਸੋਹਣੇ ਦਿਖਾਉਣੇ ਆ ਦੋਸਤੋ, ਕਮਾਲ ਦੇ ਪਸ਼ੂ ਦਿਖਾਵਾਂਗੇ, ਜਿਨ੍ਹਾਂ ਦੇ ਵਿੱਚੋਂ ਅੱਜ 3 ਵੈੜਾਂ, 1 ਵੈੜ ਗੱਭਣ, ਪਰ ਹੈ ਤਿਆਰ ਆ ਬਿਲਕੁਲ। ਕੋਈ ਘੰਟੇ, ਅੱਧੇ ਘੰਟੇ, ਕੋਈ ਘੰਟੇ, ਡੇਢ ਘੰਟੇ ਤੱਕ ਜਿਹੜੀ ਸੂ ਪਊਗੀ ਕਰਮਾਂ ਵਾਲੀ। ਕੱਦ ਘਾਟ ਬੜੇ ਸੋਹਣੇ ਦੀ ਮਾਲਕਣ, ਪੂਰੀ ਡਿਟੇਲ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ। 2 ਵੈੜਾਂ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਨੇ, ਅਤੇ 2 ਮੱਝਾਂ ਦੋਸਤੋ ਦਿਖਾਵਾਂਗੇ ਤੁਹਾਨੂੰ, ਬਹੁਤ ਖੂਬਸੂਰਤ, ਠੀਕ ਆ ਜੀ। 1 ਮਿਨੀ ਮੱਝ ਦਿਖਾਵਾਂਗੇ, ਕਾਫੀ ਵੀਰਾਂ ਦੀ ਡਿਮਾਂਡ ਰਹਿੰਦੀ ਹੈ ਵੀ ਮਿਨੀ ਮੱਝ ਖਰੀਦਣੀ, ਅਤੇ ਮਿਨੀ ਮੱਝ ਦਿਖਾ ਦਾਂਗੇ ਤੁਹਾਨੂੰ, ਨਾਲ ਬੱਚੇ ਆ ਪ੍ਰੋਪਰ 2 ਮੱਝਾਂ ਦੇ, ਕਿੰਨਾ ਥੱਲੇ ਦੁੱਧ, ਕੀ ਰੇਟ ਭਾਅ ਪੜਤੇ ਰਹਿਣ ਵਾਲੇ ਆ, ਪੂਰੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਜਾਣਕਾਰੀ ਮਿਲ ਜੂਗੀ। ਸੋ ਵੀਡੀਓ ਦੇ ਨਾਲ ਐਂਡ ਤੱਕ ਜ਼ਰੂਰ ਜੁੜੇ ਰਹੋ, ਤਾਂ ਜੋ ਪੂਰੀ ਇਨਫੋਰਮੇਸ਼ਨ ਆ ਇਹਨਾਂ ਪਸ਼ੂਆਂ ਦੇ ਰਿਗਾਰਡਿੰਗ ਤੁਹਾਨੂੰ ਮਿਲ ਸਕੇ, ਠੀਕ ਆ। ਸੋ 5 ਨਾਗ ਨੇ, 5 ਨਾਗਾਂ ਦੀ ਆਪਾਂ ਡਿਟੇਲ ਲੈ ਕੇ ਸਟਾਰਟ ਕਰਦੇ ਹਾਂ ਵੀਰ ਜੱਸ ਤੋਂ। ਤਰੀਕ ਅੱਜ ਦੋਸਤੋ 9 ਮਾਰਚ, ਸਮਾਂ ਕੋਈ ਦੁਪਹਿਰ ਦੇ 2-2:30 ਵਜੇ ਦਾ ਸਮਾਂ ਹੈ। ਬਾਕੀ ਜਿੰਨੇ ਪਸ਼ੂ ਵੀ ਆਪਾਂ ਤੁਹਾਨੂੰ ਦਿਖਾਉਣੇ ਆ, ਜਿਹੜੇ ਵੀ ਦੁੱਧ 'ਤੇ ਚੱਲਦੇ ਆ, 2 ਟਾਈਮ ਚੋ ਕੇ ਤਸੱਲੀ ਕਰ ਲਿਓ। ਗੱਭਣ ਪਸ਼ੂ ਦੋਸਤੋ ਕੋਈ ਵੀਰ ਲੈ ਕੇ ਜਾਂਦਾ ਅਤੇ ਆਪਦੀ ਚੌਂ ਥਾਵਾਂ ਦੀ ਤਿੱਪ ਕੇ ਭਰਾ ਕੇ ਤਸੱਲੀ ਜ਼ਰੂਰ ਕਰ ਲਿਆ ਕਰੋ, ਠੀਕ ਹੈ ਜੀ। ਆਓ ਲੈਂਦੇ ਹਾਂ ਵਧੇਰੇ ਡਿਟੇਲ, ਪੁੱਛ ਲੈਂਦੇ ਹਾਂ ਵੀਰਾਂ ਤੋਂ ਕੀ ਇਨਫੋਰਮੇਸ਼ਨ ਆ। ਸਭ ਤੋਂ ਪਹਿਲਾਂ ਵੀਰ ਜੱਸ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਹੋਰ ਮੇਰੇ ਵੀਰ ਭਰਾਵਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਪ੍ਰਤਾਪ ਭਾਈ ਕੀ ਹਾਲ ਨੇ? ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਹੋਰ ਠੀਕ ਠਾਕ ਜੋ? ਬੜੇ ਵਧੀਆ, ਹੋਰ ਸੁਣਾ ਠੀਕ ਠਾਕ? ਮੈਂ ਕਿਰਪਾ ਬਾਬਾ ਬੜਾ ਸਾਧੀ, ਤੁਸੀਂ ਸੁਣਾਓ? ਚਲੋ ਸ਼ੁਕਰ ਮਾਲਕ ਦਾ ਵੀਰ, ਬਹੁਤ ਵਧੀਆ ਠੀਕ ਠਾਕ। ਤੇ ਜੱਸ ਵੀਰ, ਜਿੱਦਾਂ ਕਿ ਆਪਾਂ ਇਨਫੋਰਮੇਸ਼ਨ ਦਿੱਤੀ ਆਪਾਂ ਭਰਾਵਾਂ ਨੂੰ, ਮੋਟੇ ਤੌਰ ਤੇ ਵੀ ਆ 5 ਪਸ਼ੂ ਪਕਾਊ ਅੱਜ। ਹਾਂਜੀ, 3 ਵੈੜਾਂ ਹੈ। ਹਾਂਜੀ, ਤੇ 2 ਮੱਝਾਂ ਝੋਟੀਆਂ। ਠੀਕ ਹੈ ਭਰਾ। ਹਾਂਜੀ, ਐ ਨਾ ਵੇ ਕੋਈ ਦੂਜੇ ਆ ਕੋਈ ਤੀਜੇ, ਗਰਮੀ ਆ ਵੈੜਾਂ ਦੂਜੇ ਦੂਜੇ। ਮੈਂ ਗਰਮੀ ਆ ਗਈ। ਹਾਂਜੀ ਹਾਂਜੀ, ਗਰਮੀ ਆ ਗਈ ਤੇ ਗਰਮੀ ਆ ਗਈ, ਕੋਟ ਪੈਂਟਾਂ ਤੋਂ ਸਿੱਧਾ ਫਿਰ ਟੀ-ਸ਼ਰਟਾਂ ਦੇ ਆ ਗਏ। ਠੀਕ ਹੈ, ਹੁਣ ਸੰਧੂ ਸਾਹਿਬ ਗਾੜੀ ਗਰਮੀ ਆਉਣੀ ਆ ਤਾਂ ਗਰਮੀ ਆ ਗਈ। ਹਾਂਜੀ ਬਿਲਕੁਲ ਜੀ ਬਿਲਕੁਲ, ਆ ਤੇ ਮੀਂਹ ਦਾ ਕਰਕੇ ਗੜੇ ਗੁੜੇ ਜਿੱਥੇ ਪੈ ਗਏ ਆ। ਹਾਂ, ਉਹਦੇ ਕਰਕੇ ਤਾਂ ਵੀ ਵਾਵਾ ਆ, ਪਰ ਇਹ ਆ ਠੰਡ ਫੇਰ ਹੋ ਗਈ ਥੋੜੀ, ਠੰਡ ਉਹਦੇ ਕਰਕੇ ਬਣ ਗਈ ਬਦਲੀ। ਹਾਂਜੀ ਹਾਂਜੀ, ਚਲੋ ਜੀ ਮਾਲਕ ਤੋਂ ਆਪਾਂ, ਹਾਂਜੀ ਹਾਂਜੀ, ਸੱਚੇ ਪਾਤਸ਼ਾਹ ਮਿਹਰ ਰੱਖੇਗਾ ਫਸਲਾਂ ਫੁਸਲਾਂ ਦਾ ਜੋਰ। ਸਹੀ ਗੱਲ, ਸੰਧੂ ਸਾਹਿਬ 6 ਮਹੀਨੇ ਹੋ ਗਏ ਮੁਗਲ ਵੇਖਣ ਦੇ ਲੋਕੀ। ਬਿਲਕੁਲ ਜੀ ਬਿਲਕੁਲ। ਅੱਛਾ ਜੱਸ ਵੀਰ, 2 ਮੱਝਾਂ ਤੇ 3 ਵੈੜਾਂ। ਹਾਂਜੀ, 1 ਵੈੜ ਬੜੀ ਖੂਬਸੂਰਤ ਆ, ਉਹਦੇ ਸਟਾਰਟ ਆਪਾਂ ਸ਼ੁਰੂਆਤ ਹੀ ਉਸ ਵੈੜ ਤੋਂ ਕਰ ਲਾਂਗੇ, ਉਧਰੋਂ ਕਰ ਲੈਂਦੇ। ਚੰਗੀ ਸਾਫ ਸੁਥਰੀ ਵੈੜ ਦੋਸਤੋ ਦਿਖਾਉਣੀ ਆ, ਚੰਗੇ ਸੋਹਣੇ ਸਰੀਰਕ ਢਾਂਚੇ ਦੀ ਆ, ਕੱਦ ਘੱਟ ਬਹੁਤ ਖੂਬਸੂਰਤ ਆ ਵੈੜ ਦਾ, ਬਾਕੀ ਪਾਲੀ ਪੂਲੀ ਚੰਗੀ ਸੰਧੂ ਸਾਹਿਬ। ਇਹ ਨਾ ਹੁਣ ਆ ਇਹਨੇ ਸੋਣਾ ਘੰਟੇ ਤੱਕ, 2 ਘੰਟੇ ਤੱਕ ਸੂਬੇ ਜਦੋਂ ਬਹਿ ਗਈ। ਹਾਂਜੀ, ਇਹ ਤਾਂ ਕਰਕੇ ਡੱਪੇ ਚੁੱਕੇ, ਨਹੀਂ ਤਾਂ ਇਹਦਾ ਇੱਥੇ ਆ ਹੀ ਜਾਂਦੇ ਸਾਹ। ਬਿਲਕੁਲ ਬਿਲਕੁਲ। ਹਾਂਜੀ, ਤੁਹਾਨੂੰ ਪਤਾ ਜਦੋਂ ਉਸ ਡੰਗਰ ਸੁਣ ਲਾ ਤਾਂ ਪੱਠੇ ਘਟਾ ਜਾਂਦਾ ਕਿ। ਸਹੀ ਆ। ਹਾਂਜੀ, ਤਾਂ ਕਰਕੇ ਦੋਸਤੋ ਪੁੜੇ ਪੜੇ ਨਵਾਂ ਆ ਕਰਮ ਵਾਲੀ ਸੂਬੇ। ਇੱਧਰ ਵੇਖੋ ਸੰਧੂ ਸਾਹਿਬ, ਮਾਰੋ ਕੈਮਰਾ, ਥਾਣੋ ਵੇਖੋ ਪਹਿਲਾਂ ਭਾਵੇਂ ਦੋਵਾਂ ਥਾਣਾ ਕੋਈ ਆ। ਆ ਦੇਖੋ ਦੋਸਤੋ, ਠੀਕ ਆ ਜੀ, ਉਹਦੀ ਗੱਲ ਕਰੋ ਤਾਂ ਵੀ ਕੀ ਦਾ ਕੀ ਬਣਿਆ ਪਿਆ। ਹਾਂ, ਤੇ ਗੁੱਲ ਥਾਣਾ ਦੋਸਤੋ ਪੀੜੀ ਦੇ ਪਾਵਿਆਂ ਵਾਂਗੂ ਆਪਾਂ ਕਹਿ ਸਕਦੇ ਹਾਂ ਵੀ ਪੂਰੇ 4 ਗੁੱਠਾਂ ਦੇ 4 ਨੌਕਰਾਂ ਤੇ ਜਿਹੜਾ ਥਾਣਾ ਲੱਗਾ, ਮੋਟੇ ਥਾਣਾ ਗੁੱਲ ਥਾਣਾ, ਠੀਕ ਆ। ਤੇ ਵੰਡਾ ਵੰਡਾ ਬਹੁਤ ਸੋਹਣੀਆਂ ਸਪੇਸ ਬੂਸ ਤੁਸੀਂ ਆ ਵੇਖ ਕੇ ਚੈੱਕ ਕਰੋ, ਬੜਾ ਨਖੇੜ ਆਪਸੀ ਜਿਹੜਾ ਥਾਣਾ ਦਾ ਹੈਗਾ। ਤੇ ਆਪਣਾ ਜੱਸ ਵੀਰੇ ਸੂਆ ਕਿਨਵਾ ਸੁਣਦੀ ਫਿਰ? ਇਹ ਦੂਜਾ ਸੰਧੂ ਸਾਹਿਬ, ਦੂਜਾ ਸੂਆ। ਹਾਂਜੀ, ਕਿਉਂਕਿ ਦੂਜਾ ਸੂਆ ਦੋਸਤੋ ਵੈੜ ਦਾ ਸੋਹਣਾ ਹੈ, ਤਿਆਰੀ ਹੈ, ਬਾਕੀ ਤੁਸੀਂ ਇਨਫੋਰਮੇਸ਼ਨ ਲੈ ਲਿਓ ਨਾਲੇ ਸੰਧੂ ਸਾਹਿਬ। ਬੂਥੀ ਨਾਲ ਲੱਗਦੀ ਹੈ ਤੇ ਵੇਖੋ। ਬਿਲਕੁਲ ਜੀ, ਵੇਖੋ ਠੰਡੀ ਬਰਫ਼ ਵਰਗੀ ਰਾਸ ਆ ਵੇਲਾ। ਇਹ ਥੋੜਾ ਨੂੰ ਪਰਵਾਹ ਚ ਨਹਾਉਂਦੀਆਂ ਮੱਝਾਂ ਨੂੰ, ਬਾਕੀ ਬਹੁਤ ਖੂਬਸੂਰਤ ਦੋਸਤੋ ਵੈੜਾ, ਸਰੀਰ ਢਾਂਚਾ ਬੜਾ ਵਧੀਆ, ਲੰਬਾਈ ਪੂਰੀ ਆ, ਉਚਾਈ ਪੂਰੀ ਆ, ਤੇ ਖੋਲ ਕੇ ਇੱਕ ਵਾਰੀ ਤੁਹਾਨੂੰ ਤਸੱਲੀ ਨਾਲ ਆਪਾਂ
ਤੋੜ ਕੇ ਦਿਖਾਉਂਦੇ ਆ ਲੰਮਾ, ਵਧੇਰੇ ਗੱਲਬਾਤ ਸਮਝ ਆ ਜੂਗੀ। ਬਾਕੀ ਕੱਦ ਕਾਟ ਕਿਸੇ ਵੀਰ ਨੇ ਦੂਰੋਂ ਨੇੜੇ ਆਉਣਾ, ਕੱਦ ਚੰਗਾ ਚੋਖਾ ਕੱਦ ਆ ਵੱਡੇ ਕੱਦ ਦੇ ਵਿੱਚ, ਠੀਕ ਆ। ਆ ਲਓ ਜੀ ਭਲਵਾਨਾ ਵਰਗੀ ਚਾਲ ਆ, ਬਿਲਕੁਲ ਜੀ ਬਿਲਕੁਲ, ਪਲੀ ਗੁਲੀ ਪੂਰੀ ਆ ਦੋਸਤੋ। ਕੱਦ ਵੱਡਾ, ਬੇਲ ਸੋਹਣੀ ਆ, ਉਚਾਈ ਸੋਹਣੀ ਆ, ਬਾਕੀ ਪਲੀ ਗੁਲੀ ਪੂਰੀ ਆ, ਸਾਰੇ ਪਾਸਿਓਂ ਗੁਲਾਈ ਦੇ ਵਿੱਚ ਆ, ਅਤੇ ਬਹੁਤ ਵੀਰ ਚੰਗਾ ਪੈਸਾ ਲਾ ਕੇ ਚੰਗਾ ਪਸ਼ੂ ਤੁਹਾਨੂੰ ਖਰੀਦਣਾ ਚਾਹੁੰਦੇ ਆ, ਉਹਨਾਂ ਲਈ ਜ਼ਰੂਰ ਜਿਹੜੀ ਦੋਸਤੋ ਇਹ ਲਾਹੇਵੰਦੀ ਆ, ਠੀਕ ਆ ਜੀ, ਕਿਉਂਕਿ ਚੰਗਾ ਪਸ਼ੂ ਆ, ਚੰਗੇ ਸੋਹਣੇ ਨਖੇੜ ਦੇ ਵਿੱਚ ਥਾਣ, ਆਰਡਰ ਕੁਆਲਿਟੀ, ਠੀਕ ਆ ਜੀ। ਅਤੇ ਹੁਣ ਦੂਜਾ ਸੂਬਾ ਨਾ, ਹਾਂਜੀ ਹਾਂਜੀ ਦੂਜਾ ਸੂਬਾ, ਠੀਕ ਆ ਜੀ। ਪਾਈਲਨ ਦਾ ਹਾਂਜੀ 18 17 ਤੇ ਚੱਲੀ ਹੋਊਗੀ, ਚੱਲੀ ਬਾਬੀ ਦੋਸਤੋ। ਹੁਣ ਦੂਜਾ ਸੂਬਾ, ਬਾਕੀ ਤਿਆਰੀ ਬਹੁਤ ਸੋਹਣੀ ਕਰਮਾਲੀ ਨੇ ਕੀਤੀ ਆ, ਬਾਕੀ ਅੱਗੇ ਕੋਈ ਚੰਗੀ ਤੁਸੀਂ ਉਮੀਦ ਕਰ ਸਕਦੇ ਜੇ, ਜਿਹੜਾ ਵੀ ਕੋਈ ਖਰੀਦਦਾਰ ਵੀਰ ਲੈ ਕੇ ਜਾਂਦਾ ਸੋਹਣੀ ਉਮੀਦ ਆ, ਕਿਉਂਕਿ ਇਹੋ ਜਿਹਾ ਪਸ਼ੂ ਪਾਲਣਾ ਐਡੀ ਵੱਡੀ ਹਾਈਟ ਅਤੇ ਸਾਂਭਣਾ ਉਹ ਵੀ ਕਾਫੀ ਮੁਸ਼ਕਿਲ ਆ। ਅਤੇ ਜਸ ਵੀਰੇ ਕੀ ਮੰਗ ਕਰਦੇ ਆ, ਮੁੱਲ ਕੀ ਰਹੂਗਾ ਇਹਦਾ? ਵੇਖੋ ਹੁਣ ਜੇ ਮੇਰੇ ਤੋਂ ਪੁੱਛ ਰਹੇ ਜੇ ਫਿਰ ਹੋ ਸਕਦਾ ਵਿੱਚੋਂ ਜਿੰਨਾ ਵੀ ਆਪਾਂ ਮਾਨ ਤਾਨ ਕਰਨਾ ਖੁੱਲਾ ਹੀ ਕਰਨਾ, ਮਾਨ ਤਾਨ ਖੁੱਲਾ ਹੀ ਕਰ ਦੇਣੇ ਰਾਸਿਆ, ਕਿਹੜੀ ਗੱਲ ਦੀ ਦੋਸਤੋ ਵਾਲੀ ਗੱਲ ਨੀ, ਇਹ ਲਾ ਲਾ ਸੁਣ ਦੇਣੀ ਆਪਾਂ, ਫਿਕਰ ਨਾ ਕਰ ਤੂੰ। ਯਾਰ ਛੋੜ ਕਰ ਦਾਂਗੇ, ਕੁਛ ਨੀ ਹੁੰਦਾ, ਕੋਈ ਗੱਲ ਨੀ, ਜਾਣਦੇ ਹੁੜਦੀਆਂ ਵਾਲਾ ਕੰਮ ਪ੍ਰਤਾਪ ਆ, ਯਾਰ ਹੀ ਹੋਰ ਛੋੜ ਕਰ ਦਾਂਗੇ 70,000 ਤੇ, ਪਰ ਰਾਜ ਇਹੋ ਜੀ ਮੱਛੀ ਤਾਂ ਲੋਕੀ 90,000 ਮੰਗਦੇ, ਅਸੀਂ ਨੀ ਮੰਗਣਾ, ਬਿਲਕੁਲ ਬਿਲਕੁਲ, ਇਹ ਕਹਿਣਾ ਅਸੀਂ ਐਡੀ ਮੱਛੀ ਤਿਆਰ ਕਰਨੀ ਬੜੀ ਔਖੀ ਜਗੜੀਆਂ ਦੇ, ਹਾਂਜੀ ਚੰਗੀ ਆ, ਕਿਸੇ ਪਾਸਿਆਂ ਨੂੰ ਖੁੰਜੀਗੀ, ਖੂਬਸੂਰਤ ਆ ਪਸ਼ੂ ਤਾਂ ਵੇਖਦੇ ਰਹੀਦਾ, ਚਲੋ ਬਾਕੀ ਭੈਣ ਭਰਾਵਾਂ ਨੇ ਵੇਖ ਕੇ ਜੱਜਮੈਂਟ ਕਰ ਹੀ ਲੈਣੀ ਆ। ਬਹੁਤ ਪਿਆਰਾ ਪਸ਼ੂ ਤੁਹਾਨੂੰ ਦੋਸਤੋ, ਇਹ ਚੰਗੀ ਆ ਬੈਡ, ਜ਼ਰੂਰ ਤੁਸੀਂ ਹੱਥ ਪਾ ਲਿਓ, 71,000 ਦੀ ਮਿਲ ਜੂਗੀ, ਠੀਕ ਆ ਜੀ। ਜਿੰਨਾ ਵੀ ਹੈਗਾ ਖੁੱਲ੍ਹਾ ਡੁੱਲਾ ਮਾਨ ਤਾਂ ਤੁਹਾਨੂੰ ਕਰਤਾ, 71,000 ਦੇ ਵਿੱਚ ਮਿਲ ਜੂਗੀ ਬੈਡ, ਚੰਗੀ ਚੋਖੀ ਆ। ਇਸ ਤੋਂ ਬਾਅਦ ਸੈਕਿੰਡ ਨੰਬਰ ਤੇ ਵੀਰ ਜੱਸ ਜਿਹੜੀ ਆ ਗਈ ਆਪਣੇ ਕੋਲ, ਇਹ ਵੀ ਸੰਧੂ ਸਾਹਿਬ ਦੂਜਾ ਸੂਆ ਹੈ, ਦੂਜਾ ਵਾਲੇ ਕੋਈ ਤੇਜਾ ਵਾਲੇ, ਠੀਕ ਆ ਜੀ, ਉਹਦੇ ਦੂਜੇ ਆਂਦੇ ਕੋਈ ਤੇਜਾ ਵੀ ਹੋ ਸਕਦੀ ਸੰਧੂ ਸਾਹਿਬ, ਬਿਲਕੁਲ ਜੀ ਹਾਂਜੀ। ਤੇ ਇਹਦੀ ਡਿਟੇਲ ਕਰੀਏ ਸਾਜੀ, ਇਹ ਕਿੰਨੇ ਕਿ ਦਿਨ ਹੋ ਗਏ ਤੁਸੀਂ ਇਹਨੂੰ? ਸੂਈ ਨੂੰ 10-12 ਦਿਨ ਹੋ ਗਏ ਸੰਧੂ ਸਾਹਿਬ, ਠੀਕ ਹੈ, ਇਹਦੇ ਮਗਰ ਬੱਚਾ, ਉਹ ਮਗਰ ਬੱਚਾ ਹਾਂਜੀ 12 ਕਿ ਦਿਨਾਂ ਦੀ ਸੂਈ, ਉਹ ਦੁੱਧ ਕਿੰਨੇ ਕਿ ਤੇ ਆ ਗਈ ਹੁਣ? ਐ ਟਾਈਮ 11 ਵਜੇ 12 ਵਜੇ, ਇੰਨਾ ਕਿ 11-12 ਹੀ ਹੈ, ਹਾਂਜੀ ਹਾਂਜੀ, ਦੁੱਧ ਵੀ ਇੰਨਾ ਹੀ ਹੈ, ਹਾਂਜੀ, ਦਿਨ ਵੀ ਦੋਸਤੋ 12 ਤਾਂ ਦੁੱਧ ਵੀ 12 ਕਿਲੋ ਹੁਣ ਸਾਡੇ ਹਾਜ਼ਰ, ਹਾਂਜੀ। ਤੇ ਪਰ ਇਹ ਆ ਭਾਵੇਂ ਜੂੜ ਪਾ ਲਓ ਭਾਵੇਂ ਨਾ ਪਾ ਲਓ, ਚੋਣ ਚੂਣ ਇੱਕ ਨੰਬਰ ਸੰਧੂ ਸਾਹਿਬ, ਫਾਂਕਣ ਮੁੱਠੀ ਵਾਲਾ ਨਾ, ਠੀਕ ਹੈ ਜੀ ਹਾਂਜੀ, ਨਹੀਂ ਤਾਂ ਪਰ ਤੁਹਾਨੂੰ ਪਤਾ ਖਾਂਦੀ ਚ ਬਾਈ, ਠੀਕ ਹੈ ਜੀ ਠੀਕ, ਹਾਂਜੀ ਆ ਲਓ। ਪਿੱਛੋਂ ਪਿੱਛੋਂ ਵੰਗਾ ਵੰਗਾ ਪੈਂਦਾ ਆਊਗਾ, ਹਾਂਜੀ ਖਰਚਣਾ ਲੋ ਵੀ ਦੋਸਤੋ। ਤੀਜਾ ਸੂਆ 12 ਕੁ ਦਿਨਾਂ ਦੀ ਸੂਈ ਹੈ ਕਰਮਾਲੀ ਤੇ ਲਿਆ ਵੀਰ ਪ੍ਰਤਾਪ ਖੋਲ ਕੇ ਤੋੜ ਦੇ, ਮਗਰ ਬੱਚਾ ਦੋਸਤੋ 12 ਕਿਲੋ ਦੁੱਧ ਪੱਕਾ ਜਿਹੜਾ ਇਸ ਟਾਈਮ ਹਾਜ਼ਰ ਆ, ਜਿਹੜਾ ਕਿਸੇ ਵੀਰ ਨੇ ਆ ਕੇ ਚੋਰ ਲੈਣਾ, ਠੀਕ ਆ ਜੀ, ਉਹ 12 ਕਿਲੋ ਦੁੱਧ ਸਹੀ ਹੈ ਜੀ, ਬਾਕੀ ਇੱਕ ਵਾਰੀ ਤੁਸੀਂ ਟਾਈਮ ਤੁਸੀਂ ਜ਼ਰੂਰ ਨੋਟ ਕਰ ਲਓ ਦੋਸਤੋ, 2 ਕੁ ਵਜੇ ਦਾ ਜਿਹੜਾ ਸਮਾਂ ਹੈਗਾ ਦੁਪਹਿਰ ਦਾ, ਮੋਰਨਿੰਗ ਸੁਬਹਾ ਚਵਾਈ ਕਿੰਨੇ ਕੁ ਵਜੇ ਹੋਈ ਹੈ ਵੀਰ ਜੱਸ?
7 ਕ ਵਜੇ ਦੀ ਠੀਕ ਹੈ ਜੀ ਲਓ ਜੀ ਸੋ ਬੱਚਾ ਇਹਦੇ ਮਗਰ ਬੱਚਾ ਜੀ 12 ਕੁ ਦਿਨਾਂ ਦਾ ਸੂਗਾ ਆਹ ਬੱਚਾ ਤੁਸੀਂ ਦੇਖ ਕੇ ਚੈੱਕ ਕਰੋ ਹਾਂਜੀ ਕਈ ਉਹਨਾਂ ਸੰਸੂਮ ਦੁੱਧ ਘੱਟ ਛੱਡਦੇ ਆ ਸੰਸੂਮ ਤਾਂ ਕਰ ਅਜੇ ਉੱਠੇ ਨਹੀਂ ਕਰਦਾ ਜਿਹੜਾ ਠੀਕ ਹਾਂਜੀ ਲਓ ਜੀ ਇਹ ਬੱਚਾ ਜਿਹੜੀ ਆਪਾਂ ਤੁਹਾਨੂੰ ਵੈਰ ਦਿਖਾਈ ਆ 12 ਕਿਲੋ ਦੁੱਧ ਦਾ ਸੌਦਾ ਤੁਸੀਂ ਕਰ ਲਿਓ ਦੋਸਤੋ ਥਾਂ ਥੂਮਾ ਇੱਕ ਵਾਰੀ ਤੁਹਾਨੂੰ ਥੋੜਾ ਹੋਰ ਨੇੜੇ ਤੋਂ ਦਿਖਾ ਦਿੰਨੇ ਆ ਲਓ ਚੌਂਟ ਹੁੰਦਾ ਨੇ ਸੰਸੂ ਸਾਹਿਬ ਕੋਈ ਹਾਂ ਪੁੱਲ ਉਹ ਹੈ ਤਾਂ ਬਸੇ ਮਾਰੀ ਜਾਂਦੀ ਪਬਲਿਕ ਦਾ ਠੀਕ ਆ ਤੇ ਜਸ ਬਾਈ ਬੋਲੋ ਨਾ ਆਪਣਾ ਇਹਦਾ ਕੀ ਹੈਗਾ ਮੁੱਲ ਮੁੱਲ ਤੇ ਸੰਦੂਕ ਸਾਹਿਬ 50 ਆ ਦੇਣੀ ਆਪਾਂ 45 ਯਾਰ 45 ਦੀ ਹਾਂਜੀ ਲੈ ਬੋਲ ਵੀ ਪਿਛਲੇ ਆ 45 ਨਿਕਲ ਲੈਣਾ ਹਾਂ ਇਹ 42,000 ਦੀ ਆ ਨਾ 42 ਦੀ ਇਹ ਹਾਂ 40 ਤੇ ਬਹੁਤ ਜ਼ਿਆਦਾ ਜਾ ਸਕਦੇ ਬਹੁਤ ਜ਼ਿਆਦਾ ਕੰਮ ਨਹੀਂ ਕਰਨਾ ਪਤਲੀ ਜੀ ਕਮਾਈ ਰਾਤ ਤੇ ਲੈ ਕਰਦੀ ਪਤਲੀ ਕਮਾਈ ਕਿੰਨੇ ਦੀ ਕਮਾਈ ਰਹਿ 42 ਦੀ 42 ਦੀ 500 ਛੋੜ ਉਹਦੇ ਚੋਂ ਵੀ ਆ ਲੈ ਝੁੰਗੀ ਆ ਗਈ ਆਪਣੇ ਕੋਲ ਇਹ ਤਾਂ ਸੂਆ ਦੱਸੀਏ ਕਿਨਮਾ ਇਹ ਤਾਂ ਸੂਆ ਉਹਦੇ ਦੂਜੇ ਆਂਦੇ ਸੀ ਜੇ ਵੀ ਹੋ ਸਕਦੀ ਉਹਦਾ ਦੂਜੇ ਲੱਗ ਗਏ ਸੰਦੂ ਸਾਹਿਬ ਇਹ ਕੀ ਦੂਜੇ ਆ ਲਓ ਜੀ ਇੱਕ ਵਾਰੀ ਮੂੰਹ ਮੱਥੇ ਤੋਂ ਦੋਸਤੋ ਚਿਹਰਾ ਮੋਰਾ ਤੁਹਾਨੂੰ ਦਿਖਾ ਦਿੰਦੇ ਆ ਦੂਜਾ ਸੂਆ ਵੀ ਇਹਨਾਂ ਦਾ ਵੀ ਲੱਗਦੀ ਹੈ ਬਾਕੀ ਫੇਸ ਕੁਆਲਿਟੀ ਦੇਖ ਲਓ ਕਈ ਵਾਰ ਹੋ ਸਕਦਾ ਜਸ ਕਿਹੜਾ ਬਈ ਨਵਾਂ ਜਿਹਾ ਪਸ਼ੂ ਕਿਹੜਾ ਬਣਦਾ ਕਈ ਵਾਰ ਹੋ ਸਕਦਾ ਪੁੱਜ ਕੇ ਵੀ ਬਣਦਾ ਹੋਵੇ ਪਸ਼ੂ ਪਹਿਲਾਂ ਤੇ ਉਹ ਸਾਹਿਬ ਜੀ ਇੱਕ ਨੰਬਰ ਹੈ ਅੱਛਾ ਜੀ ਅੱਜ ਚੌਥਾ ਦੇ ਨਾ ਤੁਸੀਂ ਲਓ ਵੀ ਅੱਜ ਚਾਰਾਂ ਵਾਲੇ ਕੋਈ ਦੁੱਧ ਲਾਲੇ 10 ਕਿਲੋ ਚੌਂਕ ਦਿਨਾਂ ਦੀ 200 ਸੂਈ ਅੱਜ ਤੇ ਬੱਚਾ ਦੇ ਮਗਰ ਕੀ ਆ ਜੀ ਬੱਚਾ ਜੀ ਮਗਰ ਬੱਚਾ ਬਾਕੀ ਆ ਥਣ ਵੇਖੋ ਜੀ ਥਣ ਵੇਖੋ ਬਹੁਤ ਸੋਹਣਾ ਹੱਥੀ ਚਵਾਈ ਦਾ ਇਹਨੂੰ ਮੰਗਾ ਪਾਉਣ ਦੀ ਲੋੜ ਨਹੀਂ ਬੱਚਾ ਛੱਡਾ ਤੇ ਜੋ ਅੱਛਾ ਚੌਂਕ ਦਿਨਾਂ ਦੀ ਸੂਈ ਹਾਂ ਚੌਂਕ ਦਿਨ ਦੁੱਧ ਕਿੰਨਾ ਹੋਣਾ ਗਿਆ ਬੋਲਾ 10 ਕਿਲੋ ਹੋ ਜੂਗਾ ਜੀ ਬੋਲਾ ਚਾਹੇ ਦੁੱਧ ਮੰਨ ਲੇ ਹਾਂਜੀ ਕੋਈ ਦੁੱਧ ਮੰਨ ਲੇ ਕੋਈ ਬੋਲਾ ਮੰਨ ਲੇ 9 10 9 10 ਹਾਂਜੀ ਹਾਂਜੀ ਲੈ ਆ ਵੀਰ ਪ੍ਰਤਾਪ ਓਕੇ ਉਹਨੇ ਸੰਤੂ ਸਾਹਿਬ ਜੀ ਉੱਪਰ ਬੰਦਾ ਚਵਾਈ ਕਰਦਾ ਨਾ ਲੋਕਾਂ ਦਾ ਉਹ ਵੀ ਪਹੁ ਕੇ ਹੈ ਵੈਸੇ ਵੀ ਨਿੱਗਰ ਨੁੱਗਰ ਪੂਰੀ ਹਾਂਜੀ ਪੂਰੀ ਪੂਰੀ ਹੈ ਲੋ ਦੋਸਤੋ ਪਿੰਡੇ ਦੀ ਪੂਰੀ ਨਿੱਗਰ ਆ ਨਿੱਗਰ ਪਿੰਡੇ ਦੀ ਆ ਤੇ ਜਿੰਨੇ ਵੀ ਆ ਮਜ਼ਬੂਤ ਆ ਕਰਮਾਂ ਦੀ ਠੀਕ ਆ ਇੱਕ ਰੰਗ ਕਾਲੀ ਆ ਬਿਲਕੁਲ ਤੇ 10 ਕੁ ਕਿਲੋ ਵੈਸੇ ਕੋਈ ਬੋਲਾ ਮੰਨ ਲਏ ਚਾਹੇ ਬੋਲੇ ਤੋਂ ਅੱਗੇ ਇੱਕ ਅੱਧਾ ਦਿਨ ਬਾਹਰ ਵੀ ਤੁਸੀਂ ਸਮਝ ਸਕਦੇ ਜੀ ਕਿਉਂਕਿ 4 ਕੁ ਦਿਨ ਦਾ ਜਿਹੜਾ ਸਮਾਂ ਹੋ ਗਿਆ ਬੱਚਾ ਜੀ ਮਗਰ ਹਾਂਜੀ ਬੱਚਾ ਬੱਚਾ ਲਓ ਜੀ ਨਾੜੂ ਬੱਚੇ ਦੇ ਨਾਲ ਨਾੜੂ ਨਾਲ ਆ ਜੀ ਆ ਚੌਥਾ ਦਿਨ ਜੋ ਸੀ ਲਓ ਜੀ ਸੋ 14 ਦਿਨਾਂ ਦਾ ਜਿਹੜਾ ਦੋਸਤੋ ਸੂਆ ਹੈ ਬੱਚਾ ਤੁਸੀਂ ਆ ਦੇਖ ਲਿਆ ਬਲੈਕ ਬੱਚਾ ਇਸ ਬਲੈਕ ਬੈਡ ਦਾ ਠੀਕ ਹੈ ਜੀ ਤੇ ਸੂਆ ਦੂਜਾ ਮੰਨ ਕੇ ਕੋਈ ਵੀ ਸੌਦਾ ਕਰ ਲਏ 10 ਕਿਲੋ ਬੋਲਾ ਦੁੱਧ ਦੇ ਥੱਲੇ ਹੁਣ ਜਿਹੜਾ ਮੌਕੇ ਤੇ ਖਾ ਜਰਾ ਤੇ ਬਾਕੀ ਚੋਣ ਚਣ ਜਦ ਜਸ ਚੰਗੀ ਹੈ ਵੀਰੇ ਪੂਰ ਛਟਾ ਨਹੀਂ ਹੈਗਾ ਸੰਦੂ ਸਾਹਿਬ ਐ ਭੋਲੀ ਠੀਕ ਹੈ ਹਾਂਜੀ ਵਰਦੀ ਵਰਦੀ ਆ ਵਾ ਪੂਰੀ ਪੂਰੀ ਅਗਲੇ ਨਾਲ ਅਗਲਾ ਮਗਰ ਲੈ ਮਗਰ ਜਿੱਦਾਂ ਮਰਜ਼ੀ ਜੋਈ ਜਾਓ ਸੰਦੂ ਸਾਹਿਬ ਇਹ ਬਰਾਬਰ ਹੀ ਆ ਇਹ ਅੱਜ ਆਪਾਂ ਕਿੱਥੋਂ ਤੱਕ ਦੇ ਦਈਏ ਮੁੱਲ ਤੇ ਸੰਦੂ ਸਾਹਿਬ ਭਾਵੇਂ 42-45 ਕਰ ਲਈਏ ਆ ਇਹ ਦੇ ਦਈਏ 2 ਘੱਟ ਚੱਲ 2 ਘੱਟ 38 ਦੀ ਹਾਂਜੀ ਠੀਕ ਆ ਜੀ ਉਹ ਤੇ ਜੇ ਵੀ ਕੋਈ ਪ੍ਰਤਾਪ ਸਿੰਘ ਬੋਲਦੇ ਵੀ ਕੋਈ ਭੈਣ ਭਰਾ ਇਹ ਨਾ ਕਹੇ ਵੀ ਇਹਦੇ ਤੇ ਵੀ ਮਾਨਤਾਨ ਕਰ ਦਾਂਗੇ 35 ਚੋਂ ਵੀ ਲੈ ਹਾਂ ਲੈ ਕਸਰਾ ਕੱਢੂ ਚੀ ਜੀ ਇਹ ਪੂਰੇ ਪੂਰੀਆਂ ਪੂਰੀਆਂ ਹਾਂ ਹਾਂ ਚੰਗੀ ਗੱਲ ਪਤਲੀ ਕਮਾਈ ਬਿਲਕੁਲ ਪਤਲੀ ਕਮਾਈ ਚੰਗੀ ਗੱਲ ਹੈ ਅਜੇ ਰਾਤ ਸਿਆ ਦੋ ਤਿੰਨ ਹੋਰ ਲੈ ਕੇ ਬਾਹਰ ਡੱਕੀਆਂ ਆਏ ਆਹੋ ਤਾਂ ਕਰਕੇ ਉਹ ਦੋ ਵਿਕੀਆਂ ਵਾ
ਬਾਕੀ ਆ ਗਿਆ ਉਹਦੀ ਚੋਗੇ ਤਸੱਲੀ ਕਰ ਲਏ ਤੁਸੀਂ ਠੀਕ ਹੈ ਜੀ ਆਹ ਥਾਣ ਹੁਣ ਇੱਕ ਵਾਰੀ ਆਪਾਂ ਤੁਹਾਨੂੰ ਪੂਰਾ ਤਸੱਲੀ ਨਾਲ ਦਿਖਾ ਦਿੰਦੇ ਹਾਂ ਬਿਲਕੁਲ ਨੇੜੇ ਤੋਂ ਹੱਥੀ ਚ ਵਜੀ ਵਾਲਾ ਥਾਣਾ ਤੇ ਚੋਣ ਚਣ ਕਰਮਾਂ ਲਈ ਇੱਕ ਨੰਬਰ ਆ ਬਾਕੀ ਆਪਣੀ ਆ ਕੇ ਤੁਸੀਂ ਪਰਖ ਕਰ ਲਿਓ ਠੀਕ ਹੈ ਤੇ ਇਸ ਤੋਂ ਬਾਅਦ ਮੱਝਾਂ ਦੀ ਕੈਟਾਗਰੀ ਦੋਸਤੋ ਸਟਾਰਟ ਹੋ ਜਾਂਦੀ ਹੈ ਮੱਝਾਂ ਦੋ ਦਿਖਾਉਣੀਆਂ ਤੁਹਾਨੂੰ ਇੱਕ ਸਭ ਤੋਂ ਪਹਿਲਾਂ ਮੀਨੀ ਦਿਖਾਉਣੇ ਆ ਮੀਨੀ ਝੋਟੀ ਆ ਬਹੁਤ ਸੋਹਣੀ ਝੋਟੀ ਆ ਬਖਾਲਾ ਬਫੂਲਾ ਕਰਮ ਵਾਲੀ ਦਾ ਥੱਬਿਆਂ ਦੇ ਥੱਬੇ ਆ ਬਾਕੀ ਪੂਰੀ ਗੱਲਬਾਤ ਕਰਦੇ ਆ ਤੇ ਅਜੇ ਨਾ ਮਾਲਾ ਵਾਈ ਹੋਈ ਚਾਈ ਆ ਝੱਗ ਨਹੀਂ ਆਉਂਦੀ ਦੁੱਧ ਤਾਂ ਐਨ ਨਿਗਰ ਦੁੱਧ ਹੀ ਹੋਊਗਾ ਮਾਲਾ ਬਿਨਾ ਝੱਗ ਤੋਂ 9 ਵਜੇ 10 ਵਜੇ 9 ਵਜੇ 10 ਵਜੇ ਅਜੇ ਮਗਰਲੇ ਘਰ ਦਾ ਹੀ ਹਾਂ ਤੇ ਆਈ ਵੀ ਕਰਮ ਵਾਲੀ ਅੱਜ ਹੀ ਆ ਬਾਕੀ ਆਸੇ ਗੱਲ ਹੋ ਰਹੀ ਦੀਆਂ ਅਸੀਂ ਧਾਰਾ ਮਾਰ ਕੇ ਲੈ ਕੇ ਆਏ ਅਜੇ ਆ ਠੀਕ ਆ ਆਹੋ ਠੀਕ ਆ ਠੀਕ ਇਹ ਨਾ ਅਗਲਾ ਆਖੇ ਖਣੀ ਪਸਮੀ ਜੀ ਖਲੋਤੀ ਆ ਕੀ ਚੱਕਰ ਇਹ ਧਾਰਾ ਮਾਰ ਕੇ ਤੇ ਲੈ ਕੇ ਪਤਾ ਜਦੋਂ ਪਾਸ ਕਰਨੀ ਧਾਰਾ ਤੇ ਮਾਰਨੀਆਂ ਪਣੀਆਂ ਸੰਧੂ ਸਾਹਿਬ ਬਿਲਕੁਲ ਜੀ ਬਿਲਕੁਲ ਸੱਜਣਾ ਨੂੰ ਤਾਂ ਦੇਣੀ ਆ ਉਹ 9-10 ਕਿਲੋ ਆਂਦੇ 8 ਕਿਲੋ ਪੱਕਾ ਦੁੱਧ ਜਿਹੜਾ ਮੰਦੀ ਆਦੇ ਭਾਵੇਂ ਗਰੰਟੀ ਲੈ ਲੈ ਹਾਂ ਪੱਕਾ ਦੁੱਧ ਨੂੰ ਆਪਾਂ ਕਿੰਨਾ ਕਹਿੰਦਾ 8 ਕਿਲੋ ਹੋਊਗਾ ਪੱਕਾ 8 ਕਿਲੋ ਹਾਂਜੀ ਤੇ ਸੂਈ ਨੂੰ ਅੱਜ ਕਿੰਨੇ ਦਿਨ ਹੋਏ ਸੂਈ ਨੂੰ 25 ਦਿਨ ਲਾ ਲਓ ਕੋਈ 20 ਦਿਨ ਲਾ ਲਓ ਲਓ ਦੋਸਤੋ 25 ਦਿਨ ਕੀ ਅਜੇ ਬਿਲਕੁਲ ਪੂਰੀ ਆਮਰ ਕੱਟੀ ਆ ਮੀਣੀ ਇਹ ਝੋਟੀ ਆ ਮੀਣੀ ਇਹ ਮੱਝ ਆ ਤੇ 25 ਕੁ ਦਿਨਾਂ ਦਾ ਸਮਾਂ ਕੋਈ ਮੰਨ ਕੇ ਤੁਸੀਂ ਸੌਦਾ ਕਰ ਲਿਓ ਬਾਕੀ ਅੱਡ ਓਡਰ ਦੀ ਪੂਰੀ ਸਾਫ਼ ਸੁਥਰੀ ਕਰਮ ਵਾਲੀ ਆਹ ਦੇਖੋ ਜੀ ਬਖਾਲਾ ਬਫੂਲਾ ਬਹੁਤ ਵਧੀਆ ਤੇ 8 ਕਿਲੋ ਪੱਕਾ ਦੁੱਧ ਮੰਨ ਕੇ ਦੋਸਤੋ ਤੁਸੀਂ ਖਰੀਦ ਸਕਦੇ ਜੀ 8 ਕਿਲੋ ਠੀਕ ਹੈ ਸਾਹਿਬ 2-4 ਦਿਨ ਖਾ ਗਈ ਨਾ ਹਾਂ ਤੇ ਤੁਹਾਨੂੰ ਪਤਾ ਦਾਣਾ ਦੂਣਾ ਤੇ ਫਿਰ ਦੁੱਧ ਦਾਤੋਂ ਬਾਹਰ ਚੱਲ ਜੂਗੀ ਠੀਕ ਹੈ ਜੀ ਹਾਂਜੀ ਗਾੜੀ ਸੇਵਾ ਦਾ ਬਿਲਕੁਲ ਜੀ ਸੇਵਾ ਦਾ ਹਾਂਜੀ ਚਲੋ ਤੁਹਾਡੇ ਕੋਲ ਤੁਸੀਂ ਦੱਸਿਆ ਵੀ ਨਾਰਮਲੀ ਪੱਠੇ ਇਦਾਂ ਹੀ ਸਾਰੀ ਪੱਠਿਆਂ ਤੇ ਹਰੇ ਦੇ ਹੀ ਹੁੰਦੇ ਆ ਠੀਕ ਹੈ ਉਹ ਕਿਹੇ ਪਹੁੰਚਣਾ ਦਾਣਾ ਬਿਲਕੁਲ ਜੀ ਬਿਲਕੁਲ ਲਓ ਜੀ ਸੋ ਬਖਾਲਾ ਕਰਮ ਵਾਲੀ ਦਾ ਜਿਵੇਂ 11-12 ਲੀਟਰ ਹਾਂਜੀ ਹਾਂ ਬਾਕੀ ਦੋਸਤੋ ਹੁਣ ਜੋ ਮੌਕੇ ਤੇ ਚਵਾ ਦੇਣਾ ਓਨਰ ਨੇ ਉਹ ਦੁੱਧ ਬਿਲਕੁਲ ਤੁਹਾਨੂੰ ਦੱਸਿਆ ਜਾਊਗਾ ਇੱਕ ਹੁੰਦਾ ਵੀ ਕਹਿਣਾ ਕੁਛ ਹੋਰ ਤੇ ਨਿਕਲਣਾ ਹੋਰ ਸੋ 8 ਕਿਲੋ ਤੋਂ ਪਲੱਸ ਬੇਸ਼ੱਕ ਤੁਸੀਂ ਚਵਾਈ ਕਰ ਸਕਦੇ ਜੇ 8 ਕਿਲੋ ਮੰਨ ਕੇ ਵੀ ਤੁਸੀਂ ਸੌਦਾ ਕਰ ਲਿਓ ਤੇ ਸੂਈ ਦਾ ਵੀ ਤੁਹਾਨੂੰ ਸਮਾਂ ਦੱਸਤਾ ਵੀ ਤਕਰੀਬਨ ਕੋਈ 25 ਕੁ ਦਿਨਾਂ ਦੀ ਸੂਈ ਆ ਠੀਕ ਆ ਮਗਰ ਵੀ ਕੱਟੀ ਅਤੇ ਬਾਕੀ ਆ ਥਣ ਦੇਵੇ ਦੀ ਇੱਕ ਵਾਰੀ ਬੈਕ ਸਾਈਡ ਤੋਂ ਵੇਖ ਲਓ ਬਾਕੀ ਜਸ ਚੋਣ ਚਾਣ ਬਿਲਕੁਲ ਬਰਾਬਰ ਤਾਂ ਨਹੀਂ ਹੈਗਾ ਚੋਣ ਚੋਣਾਂ ਦਾ ਹੀ ਇੱਕ ਧਾਰ ਦਾ ਨਾ ਫਰਕ ਹੋਊ ਸੰਤੂ ਸਾਹਿਬ ਅਗਲੇ ਨਾ ਅਗਲਾ ਮਗਰ ਲੈਣਾ ਮਗਰ ਠੀਕ ਹੈ ਹਾਂਜੀ ਲਓ ਜੀ ਤੇ ਜਸ ਭਾਈ ਇਹਦਾ ਫਿਰ ਲੈਣ ਦੇਣ ਕਿੱਥੋਂ ਤੱਕ ਦੇਣ ਦਾ ਰਾਤਾ ਮੁੱਲ ਤੇ ਸੰਤੂ ਸਾਹਿਬ ਭਾਵੇਂ 95 ਕਰ ਲਈਏ 90 ਚ ਮਾਨਤਾਨ ਕਰੀਏ 90 ਚ ਹਾਂਜੀ ਤੇ ਕਸਰਾ ਕੁਸਰਾ ਨਾ ਕੋਈ ਰਹਿ ਜਾਣ ਦੀ ਗੱਲਾਂ ਉਹ ਚਾਰ ਹੀ ਛੱਡ ਦਈਏ 86 ਦੀ ਹੋ ਗਈ 86 ਯਾਰ ਹੋਰ ਛੱਡ ਦਾਂਗੇ ਲੈ ਤੁਰ ਜਾ ਫਿਰ ਇਸੇ ਤਰ੍ਹਾਂ ਹੀ ਬਾਕੀ ਰਾਜਸਾ ਮੈਂ ਇੱਕ ਨੰਬਰ ਕੋਈ ਭੂਰ ਨੀ ਕੋਈ ਛੱਟਾ ਨੀ ਆ ਜਿਹੜੀ ਹੈ ਨਾ ਬਾਈ ਜੀ ਤੂੰ ਮੇਰੇ ਧਾਰ ਦਾ ਇੱਕ ਜਿੰਨਾ ਫਰਕ ਨੀ ਗਾ ਮੈਨੂੰ ਜਿਹੜੀ ਦੱਸਣ ਨੂੰ ਥੱਲੇ 15 ਕਿਲੋ ਦੱਸ ਕੇ ਚੋਣਾ ਕਿੱਥੋਂ ਬਿਲਕੁਲ ਹਾਂ ਜਿੱਡਾ ਚੱਡਾ ਅਸੀਂ 15 ਵੀ ਦੱਸ ਸਕਦੇ ਪਰ ਨਾ
ਜਿਹੜਾ ਦੁੱਧ ਦੱਸਿਆ ਉਹ ਦੁੱਧ ਦੱਸਣਾ ਕਰ ਜਾਊਗੀ 11 12 ਕਿਲੋ ਹੋ ਸਕਦਾ ਵੱਧ ਵੀ ਕਰ ਜੇ ਆਪਾਂ ਜਿੰਨਾ ਹੈਗਾ ਉਹਨੇ ਦੇ ਪੈਸੇ ਲੈਂਦਾ ਸੇਵਾ ਨਹੀਂ ਉਹਨਾਂ ਦੀ ਰਾਸਿਆ ਤੋਂ ਯਾਰ ਵਾਲਾ ਦੁੱਧ 12 13 ਕਿਲੋ ਹੁੰਦਾ ਤੇ ਆਪਾਂ ਹੁਣ ਲੱਖ ਤੋਂ ਬਾਹਰ ਹੀ ਤੁਸੀਂ ਸਿਆਣੇ ਜੇ ਬਾਹਰ ਘੁੰਮਦੇ ਹੀ ਬਿਲਕੁਲ ਬਿਲਕੁਲ ਹਾਂਜੀ ਜੋ ਚੱਲਣ ਦਾ ਬਾਜ਼ਾਰ ਜੀ ਉਹ ਸਾਨੂੰ ਫਿਰ ਚੱਲਣਾ ਪੈਂਦਾ ਹਾਂਜੀ ਹਾਂਜੀ ਮਤਲਬ ਦੋਸਤੋ 8 ਕਿਲੋ ਦੁੱਧ ਤੇ ਕੋਈ ਵੀਰ ਸੌਦਾ ਕਰ ਸਕਦਾ 83,000 ਲਾਸਟ ਜਿਹੜਾ ਲੈਣ ਦੇਣ 83,000 ਬਾਕੀ ਕਰਮ ਵਾਲੀ ਖੁੰਜੀ ਨਹੀਂ ਕਿਸੇ ਪਾਸੇ ਇੱਕ ਸਾਹਿਬ ਹੋਰ ਸੱਚ ਭੜੇ ਖਾ ਰਿਹਾ ਇਹਨੂੰ ਨਾ ਉਹ ਚੋਕਰ ਪਾ ਕੇ ਤੇ ਬੱਚਾ ਛੱਡ ਪਸਮਣਾ ਬੱਚੇ ਤੇ ਹੀ ਆ ਬਿਲਕੁਲ ਬਿਲਕੁਲ ਹਾਂ ਪਸਮਣਾ ਬੱਚੇ ਸਟਾਰਟਿੰਗ ਤੋਂ ਪਸ਼ੂ ਨੂੰ ਉਸ ਤਰੀਕੇ ਨਾਲ ਖਿਚਾ ਲਈਦਾ ਵੀ ਅੱਗੇ ਪਹਾੜਾ ਪਾ ਕੇ ਚੋਕਰ ਪਾ ਕੇ ਨਾਲ ਹੀ ਬੱਚਾ ਛੱਡ ਦੋ ਉਹ ਆਰੇ ਲੱਗ ਜਾਂਦੀ ਨਾਲ ਹੀ ਬੱਚਾ ਆਪਦਾ ਦੁੱਧ ਪੀ ਕੇ ਪਸਮਾ ਆਉਂਦਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਵੀਰ ਨਾਲੇ ਸੰਧੂ ਸਾਹਿਬ ਇਹ ਸੌਖਾ ਗਾਂ ਬੱਚਾ ਵੀ ਕਿਸੇ ਵੇਲੇ ਨਹੀਂ ਟਾਂ ਠਾਂ ਹੋ ਜਾਂਦਾ ਠੰਡ ਠੁੰਡ ਵੀ ਪਹਾੜੇ ਤੇ ਵੀ ਸੌਖਾ ਪਹੂਗਾ ਬਿਲਕੁਲ ਨਹੀਂ ਠੰਡ ਤਾਂ ਲੰਘੇ ਗਰਮੀ ਚ ਰੱਬ ਸੁੱਖ ਰੱਖੇ ਗਰਮੀ ਚ ਟਾਂ ਠਾਣਾ ਹੋ ਜੇਗਾ ਆ ਗਰਮੀ ਚ ਗੱਲ ਤੇ ਗਰਮੀ ਦੀ ਹੁਣ ਸੋਹਣਾ ਹੀ ਆ ਫੇਰ ਨਵੇਂ ਦੀ ਆਦਤ ਪਾਈ ਆ ਆਦਤ ਚੰਗੀ ਪਾਈ ਆ ਆਪਦੀ ਉਹਨਾਂ ਨੇ ਹਾਂਜੀ ਹਾਂਜੀ ਹਾਂ ਦਿਖਾਈ ਆ ਇਸ ਤੋਂ ਬਾਅਦ ਵੀਰ ਜਸ ਜਿਹੜੀ ਅਗਲੀ ਆ ਗਈ ਆਪਣੇ ਕੋਲ ਤੋਪ ਮਿੱਠਾ ਪਸ਼ੂ ਹੁੰਦਾ ਬਈ ਨਹੀਂ ਕੱਦ ਵੀ ਪੂਰਾ ਵੱਡੇ ਕੱਦ ਕਾਰਡ ਦੇ ਵਿੱਚ ਦੋਸਤੋ ਸਰੀਰਕ ਢਾਂਚਾ ਬੜਾ ਵੱਡਾ ਹੁੰਦਾ ਨਾੜੂ ਦੇ ਹੁੰਦੀ ਝੋਟੀ ਇਹ ਵੀ ਅੱਜ ਲੱਖੋਂ ਬਾਹਰ ਆਪਾਂ ਮੁੱਲ ਭਰ ਉਹ ਨੀ ਕਰਨੇ ਜਿੱਦਾਂ ਦੇ ਬੱਚੇ ਉਦਾਂ ਦੇ ਮੁੱਲ ਰੱਖ ਅੱਛਾ ਇਹ ਉੱਚੇ ਬੱਚੇ ਜੀ ਹਾਂਜੀ ਉੱਚੇ ਇਹ ਕਿੰਨੇ ਕੁ ਮਹੀਨੇ ਦਾ ਸੂਆ ਵੈਸੇ ਇਹ ਆ ਵੇਖੋ ਬੱਚਾ ਤੁਹਾਡੇ ਸਾਹਮਣੇ ਕੋਈ 1.5 ਸਾਲ ਵਾਲੇ ਕੋਈ ਦੋ ਮਗਰ ਕੱਟਾ ਕੱਟੀ ਕੱਟੀ ਹੈ ਲੋ ਵੀ ਮਗਰ ਵੀ ਕੱਟੀ ਆ ਦੁੱਧ ਨਹੀਂ ਛੱਡਦੇ ਅੱਗੇ ਕੱਟੀ ਨੂੰ ਨਾ ਹੈ ਚੋਕੇ ਠਾਉਂਦੇ ਰਹੇ ਉਹ ਤੇ ਅੱਜ ਹੀ ਦੁੱਧ ਛੱਡਿਆ ਅੱਜ ਵੇਖ ਤਦੇ ਦੇ ਭਾਣ ਲਈ ਚੋਕੇ ਠਾਉਂਦੇ ਨੇ ਮੈਂ ਕੱਟੀ ਬਹਿ ਗਈ ਕੱਟੀ ਬਹਿ ਗਈ ਐਂ ਤਾਂ ਕਰਕੇ ਭਾਣ ਲਈ ਆ ਆਪ ਮਦਰੀ ਨੀ ਆਪ ਵੱਡੀ ਉਸ ਤਰੀਕੇ ਨਾਲ ਜਿਹੜੀ ਪੂਰੀ ਫੱਬ ਆ ਸਿੰਘਾਂ ਦੀ ਤੇ ਬੜਾ ਛੋਟਾ ਸਿੰਘ ਮਿਲਦਾ ਤੈਨੂੰ ਉਪਰਾਂ ਲੱਗਦਾ ਲੋਕ ਦੱਸੋ ਇਸੇ ਤਰ੍ਹਾਂ ਹੀ ਬਿਲਕੁਲ ਧਾਰ ਦਓਗੇ ਜਦੋਂ ਤੁਸੀਂ ਇਸੇ ਤਰ੍ਹਾਂ ਮਿੱਠੀ ਇੰਨੀ ਕੁ ਜ਼ਿਆਦਾ ਵੀ ਇਸੇ ਤਰ੍ਹਾਂ ਹੀ ਪਸਮਾ ਸੁੱਟ ਆਉਂਦੀ ਆ ਲਾਹ ਆਉਂਦੀ ਹੈ ਠੀਕ ਆ ਜੀ ਤੇ ਥਣ ਥੁਣਾ ਤੁਸੀਂ ਵੇਖੋ ਗਰਨਾ ਬੁਰਨਾ ਤੇ ਜਸ ਕਿੰਨਾ ਕੁ ਦੁੱਧ ਚਵਾ ਦਾਂਗੇ ਦਿੱਤੇ 9 ਕਿਲੋ ਸੰਧੂ ਸਾਹਿਬ 9 ਕਿਲੋ ਠੀਕ ਹੈ ਜੀ ਹਾਂ ਦੁੱਧ ਤੇ ਵੀ ਅਜੇ ਕਰਮਾਲੀ ਜਿਉਂ ਜਿਉਂ ਦਾਣਾ ਚੁੱਕੀ ਗਈ ਉਹ ਵੱਧ ਦੁੱਧ ਵੈਸੇ ਛੱਡ ਕੇ ਤਾਂ ਬੱਚਾ ਪਸੰਦੀ ਨਾ ਹਾਂਜੀ ਹਾਂ ਚੋਣੀ ਬੱਚੇ ਦੇ ਹੀ ਆ ਛੱਡ ਕੇ ਰਾਜ ਸਾਹਿਬ ਬੱਚੇ ਤੋਂ ਬਗੈਰ ਨਹੀਂ ਪਸੰਦੀ ਏ ਹਾਂ ਉਹ ਨਹੀਂ ਬੱਚੇ ਦੇ ਹੀ ਬੱਚੇ ਤੇ ਹੀ ਉਹ ਤੇ ਆਪਾਂ ਤਾਂ ਸੰਗਾਂ ਕਰਾ ਕੇ ਦੇਣੀਆਂ ਜਿਹੜਾ ਭੈਣ ਭਰਾ ਆ ਇਹ ਥੋੜੀ ਵੀ ਟਾਂਗੇ ਦੀਆਂ ਬਲਿੰਗੀਆਂ ਹੀ ਲਾਈ ਜਾਣੀਆਂ ਇਹ ਤੇ ਸੰਧੂ ਸਾਹਿਬ ਦਾ ਨਾਮ ਕਾਇਆ ਭਾਵੇਂ ਇਦਾਂ ਹੀ ਬਹਿ ਜਾਓ ਕਰਮਾਲੀ ਉਹ ਤਾਂ ਵਾਧੂ ਦਾ ਫੰਕਸ਼ਨ ਆ ਹਾਂਜੀ 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 ਲੈ ਵੀ ਦੱਸੋ ਤਾਂ ਵਾਧੂ ਤੇ ਜਿਹੜੀਆਂ ਪਲੱਸ ਪੁਆਇੰਟ ਆ ਵੀ ਧਾਰ ਦਿਓ ਤੇ ਥੱਲੇ ਬਹਿ ਕੇ ਵੀ ਜੋੜੋ ਨਹੀਂ ਤਾਂ ਬੱਚਾ ਛੱਡ ਕੇ ਮਿਲਦੀ ਕਰਮਾਲੀ ਦੋ ਟਾਈਮ ਠੀਕ ਆ ਇਹ ਕੱਟੀ ਜੀ ਬਾਹਰ ਨੂੰ ਖੜਦਾਉਣਾ ਇਹਨਾਂ ਨਾਲ ਗੜੇ ਕੰਬਲੀ ਜਾ ਵੀਰ ਜਾ ਜੀ ਆਪਣੇ ਪ੍ਰਤਾਪ ਕੱਢ ਕੇ ਤੁਰੀਏ ਵੀਰ ਸੋ ਕੱਦ ਵੱਡਾ ਦੋਸਤੋ ਬਾਕੀ 9 ਕਿਲੋ ਦੁੱਧ ਇਸ ਮੱਝ ਦੇ ਥੱਲੇ ਹੁਣ ਹਾਜ਼ਰ ਆ ਕੋਈ ਵੀਰ ਚੋ ਕੇ ਆਪਦੀ ਤਸੱਲੀ ਕਰ ਸਕਦਾ ਕੱਦ ਸੋਹਣਾ ਬਾਕੀ ਚੌੜੇ ਪਿੱਠ ਪੁੜੇ ਦੇ ਵਿੱਚ ਆ ਠੀਕ ਆ ਕਰਮਾਲੀ ਹੈ ਵੀ ਥੱਬਿਆਂ ਦੇ ਥੱਬੇ ਹੀ ਆ ਆਹ ਵੇਖੋ
ਠੀਕ ਆ। ਸੋ ਬਾਕੀ ਦੋਸਤੋ ਸਮਾਂ ਨੋਟ ਕਰਾਤਾ ਤੁਹਾਨੂੰ, ਦੁੱਧ ਨੋਟ ਕਰਾਤਾ, ਠੀਕ ਆ ਜੀ, ਜਿੰਨਾ ਵੀ ਥੱਲੇ ਹੁਣ ਮੌਕੇ 'ਤੇ ਹਾਜ਼ਰ ਆ, ਅਤੇ ਇੱਕ ਵਾਰੀ ਤੋਰਾ ਤੁਸੀਂ ਜ਼ਰੂਰ ਦੇਖ ਲਓ, ਠੀਕ ਆ। ਆ ਲਓ ਠੀਕ ਆ ਜੀ, ਅਤੇ ਜਿੱਥੇ ਮੈਨੂੰ ਲੱਗਦਾ ਛੋਟੀਆਂ ਮੱਝਾਂ 10 ਕਦਮਾਂ 'ਚ ਜਾਣੀਆਂ, ਇੱਥੇ 4 ਕਦਮਾਂ 'ਚ ਪਹੁੰਚ ਜਾਂਦੀਆਂ। ਇਹਦੇ ਹਾਥੀ ਆ ਰਾਸ ਹਾਥੀ, ਚਾਲ ਚੂਲ ਤਾਂ 9-11 ਟਰੈਕਟਰ ਵਰਗੀ ਹੈ ਜੀ। ਜਸ ਬਾਈ ਚੰਗੀ ਆ, ਮੱਝ ਵੱਡੀ ਆ ਵੀਰ, ਰੇਟ ਤੇ ਨਹੀਂ ਜ਼ਿਆਦਾ ਵੱਡਾ? ਨਹੀਂ 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 ਰੇਟ ਨਹੀਂ ਆਪਣਾ, ਰੇਟ ਤੇ ਰਾਜ਼ਿਆ ਵੇਖੀ ਤੂੰ ਹੁਣ ਮੁਗਤੀ। ਹਾਂ ਹਾਂ, ਮੁਫਤ ਵਾਲਾ ਹੀ ਕੰਮ ਤੇ ਦੱਸੀਏ, ਕਰੀਏ ਫਿਰ ਸਾਂਝਾ, ਦੇ ਦਈਏ 85,000 ਦੀ। ਉਹੀ ਗੱਲ ਬਣ ਗਈ, ਉਹੀ ਬਣ ਗਈ, 85 ਮੁਗਤਾ ਤਾਂ ਹੋਦੇ ਮੁਫਤੀ ਆ। ਨਹੀਂ ਗੱਲ ਝੋਟੀ ਤਕੜੀ, ਮੈਂ ਇਹਨੂੰ ਪੁੱਛਗਾ, ਮੈਂ ਤੇ ਲਾ ਦੂੰ ਕਹਿੰਦੇ ਦੇ ਗਾਲੇ। ਸਰਦਾਰਾ ਦੱਸ ਫਿਰ, ਸਰਦਾਰਾ 10,000 ਦੀ ਕਾਪੀ ਲਾ ਕੇ ਉਹ ਮਾਰ ਗਏ ਪਿੱਛੋਂ ਹੀ। ਹਾਂ ਪੁੱਛਦਾ ਨਾਲ ਦੇ ਹੁਣ ਦੋਸਤੋ ਵੇਖੋ ਮੱਝ ਵੱਡੀ ਆ, ਤੇ ਮੈਂ ਵੀ ਫੋਰਸ ਨਹੀਂ ਕਰਦਾ ਕਿਉਂਕਿ ਕੱਟੀਆਂ ਕੁੱਟੀਆਂ ਆਪਾਂ ਲੱਭਦੇ ਰੁਬੇ ਦੇ ਕਿਤੇ 30-35-40 ਉਹੀ ਮਿਲਦੀਆਂ ਮਸਾਂ ਚੰਗੀਆਂ, ਤੇ ਮੱਝ ਵੱਡੀ ਆ, 9 ਕਿਲੋ ਦੁੱਧ ਤਾਂ ਬੇਸ਼ੱਕ 2 ਮਹੀਨੇ ਦਾ ਸੂਆ ਉੱਚਾ, ਬਾਕੀ ਮੱਝ ਤਸੱਲੀ ਕਰਕੇ ਅਗਲਾ ਲਵੇ ਆ ਸੋਇਆ ਮੱਝ ਵੱਡੀ ਆ, ਜਿੱਦਾਂ ਮਰਜ਼ੀ ਮੇਰਾ ਭਰਾ ਕੋਈ ਆਣ ਕੇ ਤਸੱਲੀ ਕਰਨ ਬਹਿ ਸਕਦਾ ਥੱਲੇ, ਇੱਕ ਟਾਈਮ ਚੋਲੇ, 2 ਟਾਈਮ ਚੋਲੇ, 4 ਟਾਈਮ, ਜਿੱਦਾਂ ਮਰਜ਼ੀ ਦੋਸਤੋ ਬਿਲਕੁਲ ਨੇੜੇ ਆ, ਕਿਸੇ ਤਰ੍ਹਾਂ ਦੀ ਕੋਈ ਔਲ ਨਹੀਂ ਜਾਂ ਕਿਸੇ ਤਰ੍ਹਾਂ ਦਾ ਕੋਈ ਸਿਰ ਨਹੀਂ ਲਾਉਂਦੀ ਗੀ, ਕੋਈ ਮਾਰਨ ਮੂਰਨ ਵਾਲਾ, ਜਿੱਦਾਂ ਮਰਜ਼ੀ ਮਿੱਠੇ ਪਸ਼ੂ ਦਾ ਵਾਧਾ ਬਹੁਤ ਆ, ਬਾਕੀ ਅੱਗੇ ਹਰ ਇੱਕ ਵੀਰ ਦੀ ਆਪੋ ਆਪਣੀ ਸਮਝ ਆ ਤੁਹਾਡੀ, ਤੇ ਬੱਚਾ ਤੁਹਾਨੂੰ ਦਿਖਾਤਾ ਮਗਰ ਕੱਟੜੀ ਆ, ਕੱਟੀ ਆ, ਤੇ ਇਹ ਪਸ਼ੂ ਅੱਜ ਵੀਰ ਜਸ ਦੇ ਕੋਲ ਆ ਦੋਸਤੋ, ਠੀਕ ਆ, ਰੇਟ ਪੜਦੇ ਵੀ ਬਿਲਕੁਲ, ਤੁਹਾਨੂੰ ਸਾਰੇ ਵੀਰਾਂ ਨੂੰ ਪਤਾ ਹੀ ਆ ਵੀ ਬਾਹਰ ਬਾਜ਼ਾਰ ਕੀ ਚੱਲਣ ਡਿਆ, ਸੋ ਆਓ ਆਪਣੀ ਇੱਥੇ ਆਣ ਕੇ ਨਰਖ ਪਰਖ ਕਰੋ, ਪਸ਼ੂ ਅੱਖੀ ਜ਼ਰੂਰ ਵੇਖ ਲਿਆ ਕਰੋ, ਕਿਉਂਕਿ ਜਿਹੋ ਜਿਹਾ ਪਸ਼ੂ ਤੁਹਾਨੂੰ ਬਿਲਕੁਲ ਦਿਖਾਇਆ ਉਹੋ ਜਿਹਾ ਪਸ਼ੂ ਇੱਥੇ ਵੇਖਣ ਦੇ ਵਿੱਚ ਨਜ਼ਰ ਵੀ ਆਉਂਦਾ ਜਾਂ ਨਹੀਂ ਆਉਂਦਾ, ਤੇ ਉਹ ਆਪਦਾ ਵਹਿਮ ਕੋਈ ਸ਼ੱਕ ਮੇਰਾ ਵੀਰ ਜ਼ਰੂਰ ਕੱਢ ਲਿਆ ਕਰੋ, ਤੇ ਜਸ ਬਾਈ ਹੋਰ ਕੋਈ ਗੱਲਬਾਤ? ਹਾਂਜੀ ਬਸ ਸੰਧੂ ਸਾਹਿਬ ਆਪਦੀ ਤਸੱਲੀ ਕਰਨ, ਮੁੜ ਕੇ ਜੀ ਕਿਸੇ ਨੂੰ ਲਾਂਭਾ ਦੇਣਾ, ਰਾਜਾ ਇੱਥੋਂ ਦੀ ਤਸੱਲੀ ਆਪਦੀ ਅਗਲਾ ਫੁੱਲ ਕਰੇ, ਜਿਹੜਾ ਬਾਅਦ ਦੇ ਵਿੱਚ ਕੋ ਆਖਣਾ ਉਹ ਆ ਜੋ ਇੱਥੇ ਤਸੱਲੀ ਆ, ਇੱਥੇ ਥੱਲੇ ਆਣ ਕੇ ਚਾਰ ਟਾਈਮ ਅਗਲਾ ਚੋਵੇ ਚੂਣ ਤੋਂ ਨਹੀਂ ਕਈ ਆ ਦਿੰਦੇ ਨਾ ਸਾਈ ਪਾਤੀ ਸਾਡੀ ਵਿਕਣ ਲਈ, ਅਸੀਂ ਇਹ ਗੱਲ ਨਾ ਜਸ ਕਹੂਗਾ, ਇਹ ਕਹੂਗਾ 5 ਟਾਈਮ ਚੋ ਨਹੀਂ ਚੋਣਦਾ ਨਹੀਂ ਸੰਧੂ ਸਾਹਿਬ, ਚੋਣ ਦਾ ਸਾਡਾ ਡੰਗਰ ਮਾੜਾ ਹੁੰਦਾ ਹੀ ਨਹੀਂ, ਆਪ ਹੀ ਨਹੀਂ ਲੈਣਾ ਮਾਲ ਲਿਆ ਘਰਾਂ ਚੋਂ, ਕਦੇ ਇਹਨਾਂ ਨੇ ਮੁੱਲ ਪਾਇਆ? ਬਿਲਕੁਲ, ਜੇ ਮਾਲ ਨਾ ਘਰਾਂ ਚੋਂ ਲਿਆਂਦਾ ਤੇ ਅਸੀਂ ਮੁੱਲ ਵੱਧ ਕਰਦੇ, ਬਿਲਕੁਲ ਜੀ, ਭਾਅ ਨਾਲ ਲਈਆਂ ਭਾਅ ਨਾਲ ਹੀ ਉਹਨੇ ਕੰਮ ਕੜਾ ਹੋਈ ਜਾਂਦਾ ਜਿਹੜਾ ਜੀ, ਬਿਲਕੁਲ ਜੀ ਬਿਲਕੁਲ, ਤੇ ਜਸ ਨੰਬਰ ਬੋਲ ਵੀ ਇੱਕ ਵਾਰੀ, ਨੰਬਰ 9915 3547 9915 5982 ਠੀਕ ਹੈ, ਹਾਂਜੀ ਲਓ ਦੋਸਤੋ, ਜੇਕਰ ਕਿਸੇ ਵੀਰ ਨੇ ਪੋਲਾ ਪਾਲਾ ਪਸ਼ੂ ਲੈਣਾ ਤੇ ਆ ਵੀਰ ਪ੍ਰਤਾਪ ਬੋਲ ਦੇ ਨੰਬਰ ਤੋਂ ਵੀ, ਨੰਬਰ ਸਕਰੀਨ ਤੇ ਲੱਗ ਚੁੱਕਾ, ਨੰਬਰਾਂ ਤੇ ਤੁਸੀਂ ਕਾਲ ਕਰ ਲਿਓ, ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ।